ਵੀ ਮੈਂ ਕਹਾਣੀ ਲਿਖਣੀ ਪਸੰਦ ਨਹੀਂ ਕਰਦਾ, ਕਿਉਂਕਿ ਕਹਾਣੀ ਤਾਂ ਕਿਸੇ ਦੀ ਗੱਲ ਆ, ਕੋਈ ਆਈਡੀਆ ਜਿਹੜੀ ਤੁਹਾਡੇ ਹੱਡਾਂ ਨਾਲ ਵਾਪਰੀ ਆ ਉਹ ਉਹ ਸੱਚ ਆ, ਠੀਕ ਆ। ਹੁਣ ਮੈਂ ਤੈਨੂੰ ਦੱਸਦਾ ਵੀ 2 ਸਾਲ ਪਹਿਲਾਂ ਦੀ ਗੱਲ ਆ, 2017 ਆਹੀ ਜੂਨ ਮਈ ਜੂਨ ਦੀ ਗੱਲ ਆ, ਮੈਂ ਬਲੌਗ ਲਿਆ ਰਿਵਰਲੈਂਡ, ਠੀਕ ਆ, ਸੰਤਰਿਆਂ ਵਾਲਾ। ਉੱਥੇ ਮੈਂ ਹਜੇ ਸਾਮਾ ਸਾਮੀ ਕਰੀ ਜਾਣਾ, 2-4 ਦਿਨ ਹੀ ਹੋਇਆ ਮੈਨੂੰ ਅਜੇ। ਇੱਕ ਤਾਂ 8 ਸਾਲ ਦਾ ਜਵਾਕ ਹੋਣਾ ਤੇ ਇੱਕ 6 ਸਾਲ ਦਾ, 5 ਕੁ ਦਾ ਹੋਣਾ, 2 ਜਵਾਕ ਗੋਰਿਆਂ ਦੇ ਆਏ ਮੇਰੇ ਕੋਲ ਤੇ ਆ ਕੇ ਮੈਨੂੰ ਬੜੇ ਸਮਾਰ ਕੇ ਆ ਤੇ ਕਹਿੰਦੇ ਯੂ ਆਰ ਨਿਊ ਓਨਰ, ਕਹਿੰਦਾ ਵੀ ਤੂੰ ਨਵਾਂ ਮਾਲਕ ਹੈ ਇਸਦਾ। ਮੈਂ ਕਿਹਾ ਹਾਂ, ਤੇ ਕਹਿੰਦੇ ਯਾਰ ਅਸੀਂ ਨਾ ਇੱਕ ਤੇਰੇ ਨਾਲ ਡੀਲ, ਤੇਰੇ ਨਾਲ ਗੱਲ ਕਰਨੀ ਸੀ। ਮੈਂ ਕਿਹਾ ਦੱਸੋ। ਕਹਿੰਦੇ ਸਾਡੀ ਨਾ ਯਾਰ ਪੁਰਾਣੇ ਮਾਲਕ ਨਾਲ ਇੱਕ ਡੀਲ ਸੀਗੀ, ਤੇ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਤੂੰ ਇਹਨੂੰ ਡੀਲ ਨੂੰ ਅੱਗੇ ਵਧਾਏਗਾ। ਮੈਂ ਕਿਹਾ ਵੀ ਮੈਨੂੰ ਵੀ ਜਗਿਆਸਾ ਹੀ ਜਾਗੀ ਯਾਰ ਵੀ ਏਡੇ ਛੋਟੇ ਜਵਾਕ ਤੇ ਇੰਨੇ ਸੰਸੀਅਰ ਹੋ ਕੇ ਆਪਣੇ ਜਵਾਕ ਨਹੀਂ ਗੱਲ ਕਰਦੇ ਗੇ, ਉਹ ਇੰਨੇ ਸੰਸੀਅਰ ਜੋ ਕੇ ਮੇਰੇ ਨਾਲ ਬੈਠ ਕੇ ਗੱਲ ਕਰਨ ਲੱਗੇ। ਮੈਂ ਕਿਹਾ ਵੀ ਬੋਲੋ, ਜੇ ਕਰਨ ਲੱਗਦਾ ਹੋਇਆ ਤਾਂ ਮੈਂ ਜ਼ਰੂਰ ਕਰੂੰਗਾ ਜੇ ਕਰ ਸਕਦਾ। ਹੁਣ ਆਪਣੇ ਖੇਤ ਦੇ ਦੋ ਮੈਂ ਇੰਗਲਿਸ਼ 'ਚ ਹੋਵੇ, ਮੈਂ ਕਿਹਾ ਬਿਲਕੁਲ ਕਿਉਂ ਨਹੀਂ, ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ। ਮੈਂ ਭਾਈ ਮੈਂ ਕਿਹਾ ਉਦੋਂ ਬਾਅਦ ਮੈਂ ਲੱਭ ਕੇ ਦਿੱਤਾ ਵੀ ਉਹਨਾਂ ਨੂੰ ਬਹੁਤ ਸਾਰਾ ਲਿਟਰੇਚਰ, ਇੰਗਲਿਸ਼ 'ਚ ਲਿਟਰੇਚਰ ਦਿੱਤਾ ਉਹਨਾਂ ਨੇ। ਉਹ ਕਹਿੰਦੇ ਵੀ ਇਹਨੂੰ ਕਹਿੰਦੇ ਕੀ ਐਗਜੈਕਟ ਕੀ ਕਿਹਾ ਸੀ ਤੂੰ ਸ਼ਬਦ? ਮੈਂ ਕਿਹਾ ਵੰਡ ਛਕੋ। ਉਹਨਾਂ ਨੇ ਭਾਈ 5-4 ਵਾਰੀ ਪ੍ਰੋਨਾਊਂਸ ਕਰਕੇ ਦੇਖਿਆ, ਵੰਡ ਛਕੋ ਕਹਿ ਕੇ ਦੇਖਿਆ, ਤੇ ਮੈਨੂੰ ਤਾਂ ਲਿਖ ਕੇ ਦਿਖਾ, ਮੈਂ ਉਹਨਾਂ ਨੂੰ ਇੰਗਲਿਸ਼ ਜਾਣੀ ਕਿ ਇੰਗਲਿਸ਼ ਦੇ ਵਿੱਚ ਰੋਮਨ 'ਚ ਲਿਖ ਕੇ ਦਿਖਾਤਾ ਵੀ ਐਂ ਵੰਡ ਛਕੋ। ਉਹਨਾਂ ਨੇ ਲਿਖ ਕੇ ਆਪਦੇ ਕੋਲੇ ਰੱਖ ਲਿਆ ਗੂਗਲ ਵਾਸਤੇ। ਹਾਂਜੀ, ਉਦੋਂ ਬਾਅਦ ਕੀ ਹੋਇਆ, ਉਹਨਾਂ ਨੇ 2-4 ਦਿਨ, ਚਲੋ ਇੱਕ ਅੱਧੇ ਰੀਲ ਗਏ ਹੋਣੇ ਆ, 2 ਰੀਲ ਗਏ ਹੋਣੇ ਆ, ਇੰਨੇ ਚਿਰ 'ਚ ਮੈਂ 3-4 ਗੁਆਂਢੀਆਂ ਨੂੰ ਉਹਨਾਂ ਨੂੰ ਵੀ ਦੱਸਤਾ ਇਹ ਗੱਲ ਵੀ ਭਾਈ ਆ ਵੀ ਤੁਸੀਂ ਜਿੰਨਾ ਮਰਜ਼ੀ ਖਾਓ ਤੇ ਮੈਂ, ਸਾਨੂੰ ਇਸ ਚੀਜ਼ ਸਕੂਨ ਮਿਲਦਾ, ਸਾਡੇ ਇੱਕ ਜਚੀ ਹੋਈ ਆ ਵੀ ਸਾਡੇ ਬਰਕਤ ਹੁੰਦੀ ਆ ਜਦੋਂ ਅਸੀਂ ਐਂ ਤਾਂ ਲੰਗਰ 'ਚ, ਲੰਗਰ ਕਹਿਣੇ ਅਸੀਂ ਇਹਨੂੰ ਹਿੱਸਾ ਪਾਉਣੇ ਆ। ਤਾਂ ਉਹ ਕਹਿੰਦੇ ਠੀਕ ਆ ਜੀ। ਹੁਣ ਇਹਦੇ ਨਤੀਜੇ ਪਤਾ ਕੀ ਆਏ, ਹੁਣ 2 ਸਾਲਾਂ ਬਾਅਦ ਜੇ ਮੈਂ ਤਾਂ ਨਤੀਜੇ ਦੱਸਿਆ ਵੀ 2 ਸਾਲਾਂ ਦੇ ਵਿੱਚ ਹੀ ਆ ਗਏ ਨਤੀਜੇ, ਤਾਂ 2 ਵੀਕਾਂ ਬਾਅਦ ਹੀ ਜਾਣੇ ਸ਼ੁਰੂ ਹੋ ਗਏ ਜੀ। ਪਰ ਹੁਣ ਜੇ 2 ਸਾਲਾਂ ਬਾਅਦ ਦਾ ਮੇਰਾ ਐਕਸਪੀਰੀਅੰਸ ਮੈਂ ਜੇ ਤੁਹਾਨੂੰ ਦੱਸਾਂ, ਹੁਣ ਇਹ ਲੱਗਦਾ ਵੀ ਮੈਂ ਉਹਨਾਂ ਨਾਲ ਚੀਟਿੰਗ ਕਰ ਲੈਂਦੇ, ਜਿਵੇਂ ਮੈਨੂੰ ਐਂ ਲੱਗਦਾ ਵੀ ਮੈਂ ਉਹਨਾਂ ਨਾਲ ਠੱਗੀ ਮਾਰ ਲਈ। ਕਾਰਨ ਕੀ ਹੋਇਆ ਵੀ ਆਪਣੇ ਤਾਂ ਸੰਤਰੇ ਹੁੰਦੇ ਆ ਜਿਹੜੇ ਖਾਣ ਵਾਲੇ ਸਾਲ 'ਚ 2 ਮਹੀਨੇ, ਕਿਉਂਕਿ ਪਹਿਲਾਂ ਕੱਚੇ ਰਹਿੰਦੇ ਆ ਕਿੰਨਾ ਚਿਰ, ਫਿਰ 1-2 ਮਹੀਨੇ ਜੋ ਬਣਦੇ ਆ ਫਿਰ ਆਪਾਂ ਤੋੜ ਲੈਂਦੇ ਹਾਂ, ਤੇ ਆਪਣੇ ਤਾਂ ਸੰਤਰੇ ਖਾਂਦੇ ਆ 2 ਮਹੀਨੇ 4 ਗਵਾਂਢੀ ਰਲ ਕੇ ਕੁਇੰਟਲ ਨਹੀਂ ਖਾਂਦੇ ਬਣਗੇ, ਖਾਂਦੇ ਵੀ ਉਹ ਬਸ ਜੇ ਲਿਜਾਣਗੇ ਵੀ ਨਾ 4 ਤੋੜਨਗੇ ਤਾਂ ਵੀ ਮੈਨੂੰ ਟੈਕਸਟ ਕਰਦੇ ਆ ਵੀ ਅਸੀਂ ਇੰਨੇ ਕੁ ਲੈ ਗਏ ਜਾਂ ਅਸੀਂ ਲਿਜਾ ਰਹੇ ਹਾਂ। ਪਰ ਉਹ ਕੀ ਕਰ ਰਹੇ ਆ, ਹੁਣ ਹਰ ਸ਼ਨੀਵਾਰ ਮੈਂ ਜਾਂਦਾ ਉੱਥੇ, ਸ਼ੁੱਕਰਵਾਰ ਚ ਲੈ ਜਾਂਦਾ ਖੇਤ ਤੇ ਮੈਂ ਐਤਵਾਰ ਵਾਪਸ ਆਉਣਾ। ਉਹਨਾਂ ਨੂੰ ਸਭ ਨੂੰ ਪਤਾ ਵੀ ਐਤਵਾਰ 4 ਵਜੇ ਵਾਪਸ ਜਾਂਦਾ ਮੈਂ, ਐਤਵਾਰ ਨੂੰ 2 ਵਜੇ ਦੇ ਨਾਲ ਮੈਂ ਕਿਤੇ ਤੁਰਿਆ ਫਿਰਦਾ ਵਾਂ, ਆਪਣੇ ਜਿਹੜਾ ਉੱਥੇ ਟੇਬਲ ਰੱਖ ਛੱਡਿਆ ਨਾ ਬਾਹਰ ਬੈਠਣ ਨੂੰ ਕੁਰਸੀਆਂ ਟੇਬਲ 'ਚ ਰੱਖਿਆ, ਉਸ ਟੇਬਲ ਦੇ ਉੱਤੇ 3-4 ਲਿਫਾਫੇ ਪਏ ਹੁੰਦੇ ਆ, ਕਿਸੇ 'ਚ ਪੇਠੇ ਹੁੰਦੇ ਆ, ਕਿਸ 'ਚ ਕੱਦੂ ਹੁੰਦੇ ਆ, ਕਿਸ 'ਚ ਆੜੂ ਹੁੰਦੇ ਆ, ਕਿਸ 'ਚ ਅਲਰਦਾ, ਹੋਰ ਤੈਨੂੰ ਨਾਲ ਹੋਰ ਚੀਜ਼ਾਂ ਦਿੰਦਾ, ਐਡ ਆਨ ਕਰਦਾ ਮੈਂ। ਹੁਣ ਕਿਹਾ ਉਹ ਤੇ ਕਹਿੰਦੇ ਕੀ ਐਡ ਆਨ ਕਰੇਗਾ ਵੀ ਉਹ ਹੈਰਾਨ ਜੇ ਹੋ ਗਏ। ਮੈਂ ਕਿਹਾ ਯਾਰ ਤੁਸੀਂ ਐਂ ਕਰੋ, ਤੁਸੀਂ ਇਹ ਰਾਹ ਵਿੱਚ ਦੀ ਵੀ ਲੰਘ ਸਕਦੇ ਹੋ ਤੇ ਤੁਸੀਂ ਜੇ ਸੰਤਰੇ ਖਾਣੇ ਚਾਹੋ ਤਾਂ ਜਿੰਨੇ ਮਰਜ਼ੀ ਖਾ ਸਕਦੇ ਹੋ। ਅੱਛਾ, ਤੇ ਮੈਂ ਕਿਹਾ ਪਰ ਇੱਕ ਤੁਹਾਨੂੰ ਦੱਸਦਾ ਵੀ ਉਹ 8 ਕਲੈਣਾ ਟੱਪ ਕੇ ਨਾ ਇੱਕ ਬਹੁਤ ਸੋਹਣੀ ਵਰਾਇਟੀ ਆ, ਉਹ ਮਿੱਠੇ ਬਹੁਤ ਹੁੰਦੇ ਆ, ਉੱਥੋਂ ਖਾ ਲਿਆ ਕਰੋ। ਉਹ ਤੇ ਰੀਅਲੀ ਅਸੀਂ ਖਾ ਸਕਦੇ ਹਾਂ, ਅਸੀਂ ਐਂ ਤੋੜ ਸਕਦੇ ਹਾਂ, ਤੂੰ ਸਾਨੂੰ ਅਲਾਓ ਕਰਦਾ? ਮੈਂ ਕਿਹਾ ਹਾਂ, ਤੁਸੀਂ ਖਾ ਵੀ ਸਕਦੇ ਹੋ, ਤੁਸੀਂ ਘਰੇ ਵੀ ਲਿਜਾ ਸਕਦੇ ਹੋ। ਉਹ ਦੋਨੇ ਘੁਸਰ ਭੁਸਰ ਜੀ ਕਰਕੇ ਨਾ, ਨਾ ਤਾਂ ਮੈਨੂੰ ਹਾਂ ਕਹੀ ਨਾ ਕਹੀ, ਤੇ ਹੈਰਾਨ ਜੋ ਕੇ ਭੱਜ ਗਏ। ਇੱਕ ਵਾਰ ਤਾਂ ਹੈਰਾਨ ਹੋਇਆ ਬੰਦੇ ਦੇ ਮਨ 'ਚ ਚੋਰ ਹੈ। ਹਾਂ, ਉਹ ਚਲੇ ਗਏ ਉੱਥੋਂ ਚਲੇ ਗਏ। ਮੈਂ ਕਿਹਾ ਲੈ ਬੱਚੇ ਨੂੰ, ਮੈਂ ਕਿਹਾ ਕੋਈ ਨੀ, ਜਾਵੜਿਆ ਕਰੋ ਜਾਵੜਿਆ ਕਰੋ, ਮੈਂ ਜਾਂਦਿਆਂ ਨੂੰ ਆਵਾਜ਼ ਮਾਰੀ ਵੀ ਯੂ ਕੈਨ ਗੋ, ਕੋਈ ਪ੍ਰੋਬਲਮ ਨਹੀਂ ਉਹਨੂੰ, ਜਿੰਨੀ ਕੁ ਅੰਗਰੇਜ਼ੀ ਹੁੰਦੀ ਸੀ ਮੈਂ ਝਾੜੀ। ਉਹ ਭਾਈ ਉਹ ਵਿਚਾਰੇ ਜਵਾਕ ਚਲੇ ਗਏ, 5 ਕੁ ਮਿੰਟਾਂ ਬਾਅਦ ਜਵਾਕ ਆਪਦੇ ਮਾਂ ਤੇ ਪਿਓ ਨੂੰ ਲੈ ਕੇ ਆ ਗਏ। ਅੱਛਾ, ਦੋਨੇ ਆ ਗਏ। ਉਹ ਕਹਿੰਦੀ ਵੀ ਤੂੰ ਸਾਡੇ, ਉਹ ਇਟਾਲੀਅਨ ਲੇਡੀ ਦਾ ਨਾਂ ਜੈਸੀ ਆ,
ਉਹਨੇ ਪੇਠੇ ਬੀਜੇ ਸੀ ਥੋੜੇ ਜੇ, ਤੇ ਉਹ ਐਤਕੀ ਉਹ ਮੈਨੂੰ ਆਏ ਕਿਹੜੇ ਜਾਣ, ਉਹ ਇੱਥੇ ਕੱਦੂ ਕਹਿ ਦਿੰਦੇ ਆ ਉਹਨਾਂ ਨੂੰ ਜਾਂ ਵਟਰਨਟ ਕਹਿ ਦਿੰਦੇ ਆ, ਉਹ ਮੈਨੂੰ ਆਏ ਵੇਰੇ ਮੈਨੂੰ ਰੱਖ ਦਿੰਦੀ ਆ ਉੱਥੇ, ਤੇ ਉਹਨੇ ਮੈਨੂੰ ਸਪੈਸ਼ਲ ਆ ਕੇ ਕਿਹਾ, ਕਹਿੰਦੀ ਇੰਨੇ ਕੁ ਜ਼ਿਆਦੇ ਐਤਕੀ ਵਟਰਨਟ ਹੋਏ ਆ ਮੇਰੇ, ਤੇ ਕਹਿੰਦੀ ਮੈਨੂੰ ਲੱਗਦਾ ਵੀ ਤੇਰੇ ਗੁਰੂ ਨੇ ਸਾਡੀ ਵੀ ਸੁਣ ਲਈ ਵੰਡ ਸ਼ਕਣ ਚ, ਉਹ ਮੈਨੂੰ ਆ ਕੇ ਕਹਿ ਕੇ ਗਈ ਇਹ ਗੱਲ। ਸੋ ਅੰਕਲ ਗੱਲਾਂ ਚੱਲੀ ਜਾਂਦੀਆਂ ਸੀ ਵੈਸੇ ਧਰਮ ਦੇ ਫਲਸਫੇ ਦੀਆਂ, ਉਹ ਸੁਣਾ ਰਿਹਾ ਸੀ ਮੈਂ ਜਿਹੜੀ ਵੀ ਸੱਚਾਈ ਹੱਡ ਬੀਤੀ ਵੀ ਇਹ ਇਹ ਅਸਲੀ ਕਿਸੇ ਵੀ ਧਰਮ ਦੇ ਜਿਹੜੇ ਵੀ ਅਸੀਂ ਬੰਦੇ ਬਿਲੋਂਗ ਕਰਦੇ ਹਾਂ, ਸਾਨੂੰ ਚਾਹੀਦਾ ਜਿਹੜਾ ਸਾਡੇ ਗ੍ਰੰਥ ਆ ਉਹਨਾਂ ਦੇ ਵਿੱਚ ਜਿਹੜਾ ਅਸਲੀ ਸਿੱਖਿਆ ਲਿਖੀ ਆ ਉਹਨੂੰ ਡਿਸਕਸ਼ਨ ਕਰੀਏ, ਨਾ ਕਿ ਇਸ ਗੱਲਾਂ ਤੇ ਹੋ ਜਾਈਏ ਜੇ ਮੇਰੇ ਵਰਗੇ ਨੂੰ ਕਹਿੰਦੇ ਘੋਨਾ ਮੋਨਾ ਹੈ ਤਾਂ ਗੱਲ ਨਹੀਂ ਕਰ ਸਕਦਾ, ਫਲਾਨਾ ਨਹੀਂ ਕਰ ਸਕਦਾ, ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਆਉਣ ਦਾ ਲੋੜ। ਫਿਰ ਜੋ ਕਿ ਮੇਰੇ ਨਾਲ ਬੈਠ ਕੇ ਗੱਲ ਕਰਨ ਲੱਗੇ, ਮੈਂ ਕਿਹਾ ਵੀ ਬੋਲੋ ਜੇ ਕਰਨ ਲੱਗਦਾ ਹੋਇਆ ਤਾਂ ਮੈਂ ਜ਼ਰੂਰ ਕਰੂੰਗਾ ਜੇ ਕਰ ਸਕਦਾ। ਹੁਣ ਆਪਣੇ ਖੇਤ ਦੇ ਦੋਨੇ ਪਾਸੇ ਦੀ ਪਹੀ ਆ ਤੇ ਥੱਲੇ ਜਾ ਕੇ ਘਰ ਆ ਕਿਸੇ ਦਾ, ਤੇ ਉਹ ਮੈਨੂੰ ਆਹਦੇ ਨਾ ਇਹਨਾਂ ਦਾ ਘਰ ਇੱਥੇ ਸੀ ਸਾਹਮਣੇ ਸੜਕ ਦੇ ਉੱਤੇ, ਇਹ ਮੈਨੂੰ ਆਹਦੇ ਕਹਿੰਦੇ ਵੀ ਨਾ ਅਸੀਂ ਸਾਡਾ ਦੋਸਤ ਤੁਹਾਡੇ ਇਸ ਖੁੰਜ ਤੇ ਰਹਿੰਦਾ ਥੱਲੇ ਪਾਸੇ 600 ਮੀਟਰ ਪੈਂਦਾ ਉੱਥੋਂ, ਕਹਿੰਦਾ ਵੀ ਜੇ ਤੂੰ ਇਜਾਜ਼ਤ ਦੇ ਦੇ, ਪੁਰਾਣੇ ਓਨਰ ਨਾਲ ਸਾਡੇ ਸਾਨੂੰ ਇਜਾਜ਼ਤ ਦਿੱਤੀ ਹੋਈ ਸੀ ਵੀ ਤੇਰੀ ਪਹੀ ਉੱਤੋਂ ਦੀ ਅਸੀਂ ਲੰਘ ਕੇ ਜਾ ਤੇ ਆਪਦੇ ਦੋਸਤ ਨੂੰ ਮਿਲਣ ਜਾਣਾ, ਤੇ ਜੇ ਤੂੰ, ਮੈਂ ਆਖਿਆ ਵੀ ਜੇ ਮੈਂ ਨਾ ਕਰਦਾ, ਫਿਰ ਕਹਿੰਦਾ ਸਾਡੇ ਕੋਲ ਦੋ ਚੀਜ਼ਾਂ ਵੀ, ਜਾਂ ਤਾਂ ਅਸੀਂ ਬਾਏ ਰੋਡ ਆਵਾਂਗੇ ਸਾਨੂੰ 1.5 ਕਿਲੋਮੀਟਰ ਪੈ ਜੂਗਾ, ਤੇ ਸਾਨੂੰ ਆਉਣਾ ਵੀ ਸਾਈਕਲ ਸੂਕਲ ਤੇ ਪਊਗਾ, ਉਹ ਮੇਰੀ ਮਾਂ ਅਲਾਓ ਨਹੀਂ ਕਰਦੀ, ਕਹਿੰਦੀ ਹਜੇ ਛੋਟੇ ਹਾਂ ਅਸੀਂ, ਤੇ ਇੱਥੋਂ ਦੀ ਮੇਰੀ ਮਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ, ਤੇ ਮੇਰੇ ਦੋਸਤਾਂ ਕੋਲ ਸਾਨੂੰ ਅਸੀਂ ਮਿਲ ਵੀ ਲਾਇਆ ਕਰਾਂਗੇ, ਜੇ ਨਹੀਂ ਕਰੇਗਾ ਤਾਂ ਫਿਰ ਅਸੀਂ ਕੁਛ ਕਰ ਨਹੀਂ ਸਕਦੇ, ਕਹਿੰਦੇ ਨਹੀਂ ਨਾ ਤਾਂ ਆਪਾਂ ਕੀ ਕਰਨੀ ਸੀ, ਮੈਨੂੰ ਉਹਨਾਂ ਦੀਆਂ ਗੱਲਾਂ ਵਧੀਆ ਲੱਗਣ, ਮੈਂ ਕਿਹਾ ਜੇ ਮੈਂ ਤੈਨੂੰ ਇਹ ਕਹਾਂ ਮੈਂ ਇਸ ਨੂੰ ਹੋਰ, ਉਹ ਕਹਿੰਦੀ ਵੀ ਤੂੰ ਸਾਡੇ ਬੱਚਿਆਂ ਨੂੰ ਸੰਤਰੇ ਖਾਣ ਨੂੰ ਆਫਰ ਕੀਤੀ ਹੈ ਵੀ ਤੁਸੀਂ ਖਾ ਸਕਦੇ ਹੋ, ਮੈਂ ਕਿਹਾ ਹਾਂ, ਕਹਿੰਦੀ ਕਿੰਨੇ ਪੈਸੇ ਲਿਆ ਕਰੇਗਾ, ਮੈਂ ਕਿਹਾ ਹੈ ਪੈਸੇ ਪੈਸੇ ਕਹਦੇ ਇਸ ਚੀਜ਼ ਦੇ, ਕਹਿੰਦੇ ਨਹੀਂ ਨਹੀਂ ਤੂੰ ਫਿਰ ਇੰਨੀ ਮਿਹਨਤ ਕਰਕੇ ਉਗਾਉਣਾ ਇੰਨਾ ਸਾਲ ਭਰ ਕਰੇਗਾ ਕੰਮ ਤੇ ਤੂੰ ਫ੍ਰੀ ਚ ਕਿਉਂ ਵੰਡੇਗਾ, ਮੈਂ ਕਿਹਾ ਕੋਈ ਨੀ ਬੱਚਿਆਂ ਦੇ ਖਾਧੇ ਨੀ ਮੁੱਕਦੇ ਤੁਸੀਂ ਵੀ ਲੈ ਜਾ ਕਰੋ, ਖਾਧੇ ਪੀਤੇ ਨੀ ਮੁੱਕਦੇ, ਕਹਿੰਦੇ ਵੀ ਇਹਦੇ ਪਿੱਛੇ ਕੋਈ ਰਾਜ ਆ, ਉਹ ਦੋਨੇ ਹੈਰਾਨ, ਦੋਨੇ ਨੇ ਇੱਕ ਉਹ ਇਟਾਲੀਅਨ ਆਪ ਲੇਡੀ ਉਹਦੇ ਘਰ ਵਾਲਾ ਜਿਹੜਾ ਗੋਰਾ, ਉਹ ਦੋਨੇ ਹੈਰਾਨ, ਕਹਿੰਦੇ ਵੀ ਇਹਦੇ ਵਿੱਚ ਕੋਈ ਨਾ ਕੋਈ ਦੁਨੀਆਂ ਦੇ ਵਿੱਚ ਕੁਛ ਵੀ ਇਹੋ ਜਿਹਾ ਨੀ ਜਿਹੜਾ ਫ੍ਰੀ ਆ, ਕਹਿੰਦਾ ਵੀ ਤੂੰ ਇਹਦੇ ਚ ਕੋਈ ਨਾ ਕੋਈ ਰਾਜ ਆ ਜਿਹੜਾ ਤੂੰ ਇਹ ਗੱਲ ਕਰ ਰਿਹਾ, ਮੈਂ ਕਿਹਾ ਵੀ ਰਾਜ ਹੈਗਾ, ਫਿਰ ਮੈਂ ਉਹਨਾਂ ਦੀ ਭਾਸ਼ਾ ਚ ਹੋ ਗਿਆ ਵੀ ਉਹਨਾਂ ਵਾਂਗੂ ਜਿਹੜੀ ਉਹ ਸੋਚਦੇ ਸੀ ਉਵੇਂ ਸਮਝਾਵਾਂ ਮੈਂ, ਮੈਂ ਕਿਹਾ ਰਾਜ ਇਹ ਆ ਵੀ ਸਾਡਾ ਨਾ ਇੱਕ ਬਾਬਾ ਨਾਨਕ ਨਾਂ ਦਾ ਸਾਡਾ ਗੁਰੂ ਹੋਇਆ ਅੱਜ ਤੋਂ 550 ਸਾਲ ਤਕਰੀਬਨ ਪਹਿਲਾਂ, ਮੈਂ ਕਿਹਾ ਉਹਨਾਂ ਨੇ ਸਾਨੂੰ ਇੱਕ ਫਲਸਫਾ ਦਿੱਤਾ